ਆਪਣੇ ਸਮਾਜ ਵਿੱਚ ਸਾਨੂੰ ਕੋਈ ਰਿਸ਼ਤਾ ਨਹੀਂ ਹੈਗਾ, ਘਰ ਬੈਠੀ ਲੜਕੀ ਨੂੰ ਤਲਾਕ ਦੇ ਦਿੱਤੇ ਤਾਂ ਸਾਡੇ ਮਤਲਬ ਬਰਾਦਰੀ ਇਸ ਚੀਜ਼ ਨੂੰ ਨਹੀਂ ਸਮਝੇ ਵੀ ਕੁੜੀ ਦਾ ਕਸੂਰ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਛੱਡਿਆ, ਪਰ ਲੜਕੀ ਮੇਰੀ ਰਿਐਕਸ਼ਨ ਆ ਗਿਆ ਵੀ ਇਹ ਲੜਕੀ ਕਸੂਰਵਾਰ ਤਾਂ ਲੜਕੇ ਨੇ ਛੱਡੀ ਹੋਈ ਹੈ। ਆਪਣੀਆਂ ਧੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਨੇ ਇਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੱਬੇ ਦੇ ਯੂਸੁਫ। ਤਿੰਨ ਮੁੰਡਿਆਂ ਤੇ ਤਿੰਨ ਕੁੜੀਆਂ ਦੇ ਪਿਤਾ ਯੂਸੁਫ ਦੀ ਵੱਡੀ ਬੇਟੀ ਸ਼ਰੀਫਾ ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਵਿੱਚ ਹੋਇਆ ਸੀ। ਇਲਜ਼ਾਮ ਹੈ ਕਿ ਵਿਆਹ ਮਗਰੋਂ ਦਾਜ ਦੀ ਮੰਗ ਨਾ ਪੂਰੀ ਹੋਣ ਕਾਰਨ ਮੁੰਡੇ ਵੱਲੋਂ ਤਿੰਨ ਤਲਾਕ ਦੇ ਦਿੱਤਾ ਗਿਆ। ਤਿੰਨ ਸਾਲ ਮੈਨੂੰ ਘਰੇ ਰੱਖ ਕੇ ਉਹਨਾਂ ਨੇ ਅੱਜ ਆਪਣੇ ਭੂਆ ਦੀ ਕੁੜੀ ਨਾਲ ਵਿਆਹ ਕਰਾ ਦੇ, ਮੇਰੇ ਮਾਮਾ ਲੈ ਕੇ ਆਏ ਸੀ, ਉਹਨਾਂ ਹੱਥ ਉਹਨਾਂ ਨੇ ਦਿੱਤਾ ਕਾਗਜ਼ ਲੈ ਕੇ, ਦਾਜ ਮੰਗਦੇ ਸੀ ਨਾਲ, ਕਹਿੰਦੇ ਆਲਟੋ ਗੱਡੀ ਲੈ ਕੇ ਆ ਤਾਂ ਲੈ ਕੇ ਜਾਊਂਗਾ, ਨਹੀਂ ਤਾਂ ਮੈਂ ਨਹੀਂ ਲੈ ਕੇ ਜਾ ਸਕਦਾ। ਸਾਡੇ ਜੇ ਕੋਈ ਵੀ ਰਸਤਾ ਆਉਂਦਾ ਵਾ ਲੋਕ ਮਨਾ ਕਰ ਦਿੰਦੇ ਨੇ, ਇਹਨਾਂ ਦਾ ਘਰੇ ਜਾਣਾ ਨਹੀਂ, ਉਹਨਾਂ ਦੇ ਘਰ ਬੈਠੇ ਦੀ ਕੁੜੀ ਦੇ ਤਲਾਕ ਹੋਏ ਨੇ। ਕਈ ਮਹੀਨੇ ਦੀ ਜੱਦੋ ਜਹਿਦ ਤੋਂ ਬਾਅਦ ਸ਼ਰੀਫਾ ਦੇ ਪਿਤਾ ਦ ਮੁਸਲਿਮ ਵਿਮੈਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਐਕਟ 2019 ਦੇ ਤਹਿਤ ਮਾਮਲਾ ਦਰਜ ਕਰਵਾਉਣ ਦੇ ਵਿੱਚ ਸਫਲ ਹੋ ਸਕੇ। ਜਦੋਂ ਤਲਾਕਨਾਮਾ ਮੇਰੇ ਕੋਲ ਪਹੁੰਚਿਆ ਤਾਂ ਮੈਂ ਲੈ ਕੇ SSB ਕੋਲ ਪਹੁੰਚ ਗਿਆ ਤਾਂ ਸਾਡੀ ਸੁਣਵਾਈ ਨਹੀਂ ਹੋਈ। ਅਸੀਂ 9 ਮਹੀਨੇ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਹੁਣ SSB ਬਦਲ ਕੇ ਆਇਆ, ਉਹਨੇ ਸਾਡੀ ਸੁਣਵਾਈ ਕੀਤੀ, 498 ਪਰਚਾ ਕੱਟਿਆ, 3 ਤਲਾਕ ਦਾ ਥੱਲੇ ਉਹਨੇ ਲਿਖਿਆ ਹੈ ਵੀ ਉਹਦਾ ਸਾਨੂੰ ਫਾਇਦਾ ਮਿਲਿਆ। ਲਿਖਿਆ ਸੀ ਜੋ ਉਹਨੇ 3 ਤਲਾਕ ਉਰਦੂ 'ਚ ਲਿਖ ਭੇਜਿਆ, ਉਹਦੇ ਬਦਲੇ ਉਹਨੇ ਨਾਲ ਲਾਇਆ ਹੋਇਆ ਕਾਗਜ਼ ਨਾਲ ਲਾ ਕੇ SSB ਲਾਇਆ ਹੋਇਆ ਜੋ ਉਹਨਾਂ ਨੇ ਲਿਖਿਆ, ਕਹਿੰਦੇ 3 ਤਲਾਕ ਦੇ ਕੇ ਉਹਨੇ ਨਵੀਂ ਸ਼ਾਦੀ ਕਰਕੇ ਆਪਣੇ ਘਰ ਲੜਕੀ ਦੂਜੀ ਲਿਆਇਆ, ਆਪਣੀ ਭੂਆ ਦੀ ਲੜਕੀ ਆਪਣੇ ਘਰ ਲੈ ਕੇ ਆ ਗਿਆ। 2 ਮੁੰਡੇ ਮੇਰੇ ਵਿਆਹ ਹੋਏ ਆ, ਬੱਚਿਆਂ ਨੇ, ਦੋਵੇਂ ਪਰਿਵਾਰ ਵਾਲੇ। ਆਹ ਬੜੀ ਕੁੜੀ ਸੀ, ਇਹਦਾ ਵਿਆਹ ਕੀਤਾ, 2 ਕੁੜੀਆਂ ਵਿਆਹਣ ਵਾਲੀਆਂ, ਛੋਟੀਆਂ 2 ਕੁੜੀਆਂ ਵਿਆਹਣ ਵਾਲੀਆਂ। ਮੇਰੇ 3 ਕੁੜੀਆਂ ਦਾ ਰਿਸ਼ਤਾ ਨਹੀਂ ਹੋਣਾ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਗੱਲ ਚੱਲੀ ਹੈ। ਪੁਲਿਸ ਨੇ ਵੀ ਇਸ ਨਵੇਂ ਕਾਨੂੰਨ ਤਹਿਤ ਮਾਮਲਾ ਦਰਜ ਕਰਨ ਦੇ ਲਈ ਕੁਝ ਸਮਾਂ ਲਿਆ। ਕਾਨੂੰਨੀ ਵਿਭਾਗ ਦੇ ਨਾਲ ਸਲਾਹ ਮਸ਼ਵਰੇ ਮਗਰੋਂ ਇਸ ਐਕਟ ਤਹਿਤ ਪੰਜਾਬ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ। ਇਹਨਾਂ ਨੇ ਐਲੀਗੇਸ਼ਨ ਲਗਾਇਆ ਥਾ 4 ਲੋਗ ਕੇ ਖਿਲਾਫ, ਉਸ ਐਲੀਗੇਸ਼ਨ ਕੇ ਤਹਿਤ ਇਨਕੁਆਇਰੀ ਕਰਨੇ ਕੇ ਬਾਅਦ ਔਰ ਡੀ ਲੀਗਲ ਕੋ ਓਪੀਨੀਅਨ ਲੈਣੇ ਕੇ ਬਾਅਦ ਬੇਸਿਕਲੀ 2 ਸੈਕਸ਼ਨ ਮੇਂ ਪਰਚਾ ਦਰਜ ਹੁਆ ਹੈ। ਇੱਕ ਹੈ ਆਪਕਾ 498 ਹੈ ਔਰ ਦੂਸਰਾ ਹੈ ਸੈਕਸ਼ਨ 4 ਆਫ ਦ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਐਕਟ 2019। ਇਹ ਬੇਸਿਕਲੀ ਜੋ ਐਕਟ ਹੈ, ਨਵਾਂ ਐਕਟ ਹੈ 2019 ਦਾ ਐਕਟ ਹੈ, ਇਸ ਲਈ CCTVs ਮੇਂ ਇਸ ਐਕਟ ਕਾ ਜ਼ਿਕਰ ਵੀ ਨਹੀਂ ਹੈ। ਮਤਲਬ ਬਾਕਾਇਦਾ ਹਮਨੇ ADGP ਟੈਕਨੀਕਲ ਸਰਵਿਸਿਸ ਕੋ ਹਮਨੇ ਬਾਕਾਇਦਾ ਹਮਨੇ ਲੈਟਰ ਲਿਖਾ ਹੈ ਸਰ ਕੋ ਕਿ ਇਸ ਐਕਟ ਕੋ CCTVs ਮੇਂ ਇਨਕਲੂਡ ਕਰਾਇਆ ਜਾਏ। ਪਬਲਿਕ ਪੂਰੇ ਪੰਜਾਬ ਮੇਂ ਇਹ ਪਹਿਲਾ ਪਰਚਾ ਹੈ ਦ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ ਰਾਈਟ ਆਫ ਮੈਰਿਜ ਐਕਟ 2019 ਕੇ ਤਹਿਤ। ਹੁਣ ਇਸ ਤਰ੍ਹਾਂ ਦਾ ਸਹੀ ਹੈ ਕਿ ਜੇ ਮੇਰੀ ਲੜਕੀ ਨਾਲ ਇਸ ਤਰ੍ਹਾਂ ਹੋਇਆ, ਕੱਲ੍ਹ ਕਿਸੇ ਹੋਰ ਦੇ ਨਾਲ ਨਹੀਂ ਹੋਏਗਾ। ਜੇ ਫਾਇਦਾ ਨਾ ਹੋਏਗਾ ਹੱਥ ਪਏਗੀ ਤਾਂ ਕੱਲ੍ਹ ਨੂੰ ਕਿਸੇ ਹੋਰ ਦੀ ਲੜਕੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਏਗੀ।